ਰੱਖੀ ਸੀ ਆ ਦੇਖ ਜਮਾ ਹਾਂ ਵੀ ਜਮਾ ਸੁੱਕੇ ਨੇ ਪਰ ਫੇਰ ਵੀ ਉਹ ਪ੍ਰੋਬਲਮ ਆਉਂਦੀ ਸੀ ਆਉਂਦੀ ਸੀ ਉਹ ਕਹਿੰਦੇ ਵੀ ਰੀਜਨਲ ਪਾਵਰ ਲੈ ਕੇ ਰੀਜਨਲ ਪਾਤੇ ਕੰਪਨੀ ਦੇ ਤਾਂ ਫੇਰ ਵੀ ਵਿੱਚੋਂ ਹੀ ਲੀਕ ਆਉਣ ਲੱਗ ਗਈ ਐਚਐਮਟੀ ਦਾ ਵੱਡਾ ਕੋਡ ਸੀ ਵੱਡਾ ਐਚਐਮਟੀ 61 45 ਗਰਾ ਹਾਂ ਸਾਰੇ ਗਰਾ ਸਾਰੇ ਚ ਇਹ ਸਭ ਤੋਂ ਵੱਡੀ ਪ੍ਰੋਬਲਮ ਸੀ ਬ੍ਰੇਕਾਂ ਵਾਲੀ ਟਰੈਕਟਰ ਲੋਕ ਵੇਚਣ ਲੱਗੇ ਸੀ ਉਹਨੇ ਟਰੈਕਟਰ 61 ਗਰਾ ਬ੍ਰੇਕ ਕਰੇ ਪਹਿਲੀ ਵਾਰ ਟਰਾਈ ਲੈਤੀ ਫਿਰ ਉਹ ਬੰਦਿਆਂ ਦਾ ਟਰੈਕਟਰ ਵਿੱਚ ਹੀ ਨਹੀਂ ਹੈਗਾ ਅੱਜ ਤੱਕ ਅੱਜ ਤੁਹਾਡੇ ਨਾਲ ਬੜੀ ਕੀਮਤੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਨ ਲੱਗੇ ਆ ਇਹ ਵੀਡੀਓ ਕੋਈ ਪੇਡ ਨਹੀਂ ਹੈ ਤੇ ਇਹ ਵੀਡੀਓ ਹਰ ਬੰਦੇ ਦੇ ਜਿਨ੍ਹਾਂ ਦੇ ਕੋਲੇ ਐਚਐਮਟੀ ਟਰੈਕਟਰ ਨੇ ਕਿਉਂਕਿ ਮੂਸੇ ਵਾਲੇ ਕਰਕੇ 61 ਐਚਐਮਟੀ ਜਿਹੜਾ ਉਹ ਬੜਾ ਪ੍ਰਚਲਿਤ ਹੋਇਆ ਤੇ ਬਹੁਤ ਨੌਜਵਾਨਾਂ ਦੀ ਮੰਗ ਬਣੀ ਤੇ ਬਹੁਤ ਨੇ ਘਰੇ ਰੱਖਿਆ ਹਨਾ ਤੇ ਅੱਜ ਜਿਹੜੀ ਤੁਹਾਨੂੰ ਐਚਐਮਟੀ ਦੀ ਸਭ ਤੋਂ ਵੱਡੀ ਪ੍ਰੋਬਲਮ ਸੀ ਤੇ ਉਹਦਾ ਇੱਕ ਹੱਲ ਕੀਤਾ ਉਹ ਮਿਸਤਰੀ ਵੀਰ ਕਿੱਥੋਂ ਆ ਉਹ ਪਿੰਡ ਦੋਦਾ ਬਠਿੰਡਾ ਜ਼ਿਲ੍ਹਾ ਪਿੰਡ ਦੋਦੇ ਹੈ ਬਠਿੰਡਾ ਜ਼ਿਲ੍ਹਾ ਤੇ ਇਹ ਕੰਮ ਵੈਸੇ ਇੱਥੋਂ ਮਿਸਤਰੀ ਆਮ ਵੀ ਬਹੁਤ ਕਰ ਦਿੰਦੇ ਆ ਪਰ ਉਹ ਕਰਵਾ ਕੇ ਉੱਥੋਂ ਹੀ ਲਿਆਉਂਦੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਖਰਚਾ ਹੁੰਦਾ ਤੇ ਸਭ ਤੋਂ ਪਹਿਲਾਂ ਆਪਣੇ ਨਾਲ ਵੀਰ ਗੁਰਪ੍ਰੀਤ ਸਿੰਘ ਆਪਾਂ ਨਾਲ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਸਵਾਗਤ ਹੈ ਜੀ ਨਮਸਕਾਰ ਤੇ ਕੀ ਜਾਣਕਾਰੀ ਵੀਰੇ ਆਪਾਂ ਜਿਹੜੀ ਦੱਸਣ ਲੱਗੇ ਆ ਵੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਸੀਗੀ ਐਚਐਮਟੀ ਚ ਆਉਂਦੀ ਸੀ ਇਹਨਾਂ ਦੇ ਬ੍ਰੇਕਾਂ ਦੀ ਜਿਹੜੇ ਬ੍ਰੇਕ ਜਿਹੜਾ ਸਿਸਟਮ ਹੈ ਨਾ ਇਹ ਘੱਟ ਵੀ ਲੱਗਦੇ ਸੀ ਨਾ ਹਾਂ ਘੱਟ ਰਹੇ ਤੇਲ ਆਉਂਦੇ ਸੀ ਬ੍ਰੇਕਾਂ ਚ ਤੇਲ ਆਉਂਦਾ ਸੀ ਬ੍ਰੇਕਾਂ ਚ ਤੇਲ ਦੀ ਬਹੁਤ ਵੱਡੀ ਪ੍ਰੋਬਲਮ ਸੀ ਜਿਹੜਾ ਹੁਣ ਆਹ ਸੌਦਾ ਘੱਟਤਾ ਇਹ ਤੇਲਾਂ ਵਾਲਾ ਅੱਛਾ ਇਹ ਤੇਲ ਵਾਲਾ ਆਪਣਾ ਸਿਸਟਮ ਸਾਰਾ ਹਾਂਜੀ ਹਾਂਜੀ ਇਹ ਕੱਢ ਕੇ ਤੇ ਸੁੱਕੇ ਕਰਤੇ ਸੁੱਕੇ ਕਰਤੇ ਅੱਗੇ ਆਹ ਖੁੱਲਦੇ ਸੀ ਸਿਸਟਮ ਵਾਲਾ ਇਹ ਖੁੱਲ ਕੇ ਤੇਲ ਰਾਹੀਂ ਇੱਥੋਂ ਐਂ ਖੁੱਲਦੇ ਸੀ ਇਹ ਵਿੱਚ ਤੇਲ ਆਉਂਦਾ ਸੀਗਾ ਤੇਲ ਆਉਂਦਾ ਸੀ ਫਿਰ ਇਹ ਪਿੱਛੇ ਹਟਦੇ ਨਹੀਂ ਸੀ ਟਰੈਕਟਰ ਜ਼ੋਰ ਲੱਗੇ ਹੁੰਦਾ ਬ੍ਰੇਕ ਲੱਗਦੇ ਨਹੀਂ ਸੀਗੇ ਬ੍ਰੇਕ ਲੱਗਦੇ ਲੈ ਇਦਾਂ ਇਹ ਤੇਲ ਆ ਜਾਂਦਾ ਸੀ ਹਾਂ ਤੇ ਉਹ ਦੂਆ ਸੁੱਕੇ ਹੋ ਗਏ ਜਦੋਂ ਇੱਥੇ ਉਹ ਪ੍ਰੋਜੈਕਟ ਲੱਗ ਗਿਆ ਆਪਣਾ ਝਿਰੀਆਂ ਵਾਲਾ ਹੁਣ ਪਿਸਟਨ ਨੂੰ ਉਹ ਖੋਲਦਾ ਹੈਗਾ ਤੇ ਆਹ ਸਿਸਟਮ ਵਿੱਚੋਂ ਹਟਾਈ ਦਿੱਤਾ ਤੇਲ ਵਾਲਾ ਸੁੱਕੇ ਸੁੱਕੇ ਬ੍ਰੇਕ ਲੱਗ ਗਏ ਐਚਐਮਟੀ ਦਾ ਵੱਡਾ ਕੋਡ ਸੀ ਵੱਡਾ ਐਚਐਮਟੀ 61 45 ਗਰਾ ਹਾਂ ਸਾਰੇ ਗਰਾ ਸਾਰੇ ਚ ਇਹ ਸਭ ਤੋਂ ਵੱਡੀ ਪ੍ਰੋਬਲਮ ਸੀ ਬ੍ਰੇਕਾਂ ਵਾਲੀ ਟਰੈਕਟਰ ਲੋਕ ਵੇਚਣ ਲੱਗੇ ਸੀ ਉਹਨੇ ਟਰੈਕਟਰ 61 ਬ੍ਰੇਕ ਕਰੇ ਪਹਿਲੀ ਵਾਰ ਟਰਾਈ ਲੈਤੀ ਫਿਰ ਉਹ ਬੰਦਿਆਂ ਟਰੈਕਟਰ ਵਿੱਚ ਹੀ ਨਹੀਂ ਅੱਜ ਤੱਕ ਐਚਐਮਟੀ ਤੋਂ ਬਹੁਤ ਜ਼ਿਆਦਾ ਹੁਣ ਜਿਹੜਾ ਕੰਮ ਆ ਉਹ ਲੈਣ ਲੱਗ ਗਏ ਲੈਣ ਲੱਗ ਗਏ ਕੱਲੇ ਬ੍ਰੇਕਾਂ ਦੀ ਕਮੀ ਸੀ ਦੇ ਵਿੱਚ ਇਹਨਾਂ ਇਹਨਾਂ ਟਰੈਕਟਰਾਂ ਨੂੰ ਨਾ ਝੋਟ ਟਰੈਕਟਰ ਮੰਨਿਆ ਜਾਂਦਾ ਸੀ ਤੇ ਜਿਵੇਂ ਹੁਣ ਚਲੋ ਮੂਸੇ ਵਾਲ ਨੂੰ ਯਾਦ ਕਰਦੇ ਆ ਹਾਂ ਤੇ ਇਹ ਝੋਟੇ ਟਰੈਕਟਰ ਇਹਦੇ ਇਹ ਵੱਡੀ ਪ੍ਰੋਬਲਮ ਇਹੀ ਸੀ ਕੱਲੇ ਬ੍ਰੇਕਾਂ ਦੀ ਇੰਜਨ ਬ੍ਰੇਕਾਂ ਦੀ ਇੰਜਨ ਬਹੁਤ ਸੱਟ ਰਹੇ ਨੇ ਸੁੱਕੇ ਇੰਜਨ ਜਮਾ ਹਾਂ ਤੁਸੀਂ ਤਾਂ ਬਹੁੰਦੇ ਰਹਿੰਦੇ ਹੋ ਹਾਂ ਹਾਂ ਇਸ ਚੀਜ਼ ਦਾ ਤੇਲ ਦਾ ਖਰਚਾ ਘੱਟ ਹੈ ਲੀਟਰ 2 ਲੀਟਰ ਉਸ ਪੁੰਨਾ ਕਿੱਲੇ ਦਾ ਵੀ ਕਿੱਲੇ ਦੀ ਹਾਂ ਤੇ ਇਹ ਬਹੁਤ ਵੱਡਾ ਜਿਹੜਾ ਕੋਡ ਆ ਉਹ ਕੱਢਤਾ ਜਿਹੜਾ ਇਹਦਾ ਚਲੋ ਆਪਾਂ ਅੱਜ ਗੱਲ ਕਰੀਏ ਹੁਣ ਜਿਵੇਂ ਬ੍ਰੇਕ ਬੁਕ ਪੂਰੇ ਸੈੱਟ ਲੱਗਦੇ ਆ ਹਾਂਜੀ ਸੈੱਟ ਤੁਸੀਂ ਮੈਨੂੰ ਵੀਡੀਓ ਵਾਈਸ ਸਿੱਧੇ ਸਿੱਧੇ ਲੱਗ ਗਿਆ ਸਾਈਂ ਹੈ ਤੋਂ ਲੱਗ ਗਿਆ ਹਾਂ ਅੱਛਾ ਉਹ ਉਹਦੀ ਕੀ ਉਹਦੀ ਜਿਹੜੀ ਮਿਸਤਰੀ ਹੈ ਉਹ ਦਾ ਕੀ ਟਿਕਾਣਾ ਪੱਕਾ ਦੋਦਾ ਪਿੰਡ ਦੋਦਾ ਪਿੰਡ ਆ ਮੁਕਸਰ ਰੋਡ ਦੇ ਉੱਤੇ ਜਾਵਾਂ ਮੇਨ ਰੋਡ ਤੇ ਮੁਕਸਰ ਰੋਡ ਜਿਹੜਾ ਮੁਕਸਰ ਰੋਡ ਜਾਂਦਾ ਹੈਗਾ ਉਹਦੇ ਉੱਤੇ ਨੇ ਵੀਰੇ ਤੁਹਾਡੇ ਕੋਲ ਨੰਬਰ ਵੀ ਹੋਊਦਾ ਹਾਂ ਨੰਬਰ ਹੈਗਾ ਉਹਨਾਂ ਦਾ ਬਸ ਸਕਰੀਨ ਤੇ ਪਾ ਦਾਂਗੇ ਬਾਅਦ ਸਕਰੀਨ ਤੇ ਨਾ ਆਪਣੇ ਘਰੇ ਐਡਰੈਸ ਪਿਆ ਉਹਦਾ ਠੀਕ ਹੈ ਉਹ ਪੂਰਾ ਪਾ ਦਾਂਗੇ ਆਪਾਂ ਹਾਂਜੀ ਇਹੀ ਵੱਡੀ ਪ੍ਰੋਬਲਮ ਸੀ ਇਹ ਕੋਡ ਕੱਢਤਾ ਹਾਂ ਸੋ ਗੇਅਰ ਦੀ ਸੈਟਿੰਗ ਸਾਰੀ ਸੈੱਟ ਬਹੁਤ ਟੈਕਟ ਸਹੀ ਨੇ ਹਾਂ ਲਿਫਟ ਦਾ ਡਬਲ ਡਿਸਟ੍ਰੀਬਿਊਟਰ ਲੱਗਿਆ ਦੇ ਸ਼ੁਰੂ ਤੋਂ ਕੰਪਨੀ ਚ ਜਿਵੇਂ ਤੁਸੀਂ ਦੱਸਦੇ ਸੀ ਵੀ ਰੈਲਾ ਵੀ ਹੋ ਗਿਆ ਹੁਣ ਹਾਂ ਹਾਂ ਰੈਲਾ ਵੀ ਟਰੈਕਟਰ ਹੋ ਗਿਆ ਪਹਿਲਾਂ ਤਾਂ ਕਾਲਜ ਦੇ ਕਿਵੇਂ ਅੱਗੇ ਜਿਵੇਂ ਟਰੈਕਟਰ ਖੜਾਤਾ ਰੋਡ ਚ ਅੱਗੇ ਰੁੜਦਾ ਨਹੀਂ ਸੀਗਾ ਬਸ ਇੱਥੇ ਖੜ ਗਿਆ ਉੱਥੇ ਖੜ ਜਾਂਦਾ ਤੇ ਹੁਣ ਤਾਂ ਜੇ ਬ੍ਰੇਕ ਛੱਡ ਦੀ ਆਪਾਂ ਤੇ ਖਾਸੀ ਵੱਡ ਪਾ ਜਾਂਦੇ ਰੁੜ ਕੇ ਕੋ ਦੂਰ ਹੋ ਜਾਂਦੇ ਨੇ ਇਧਰ ਡਰਮਾ ਤੋਂ ਇਹ ਜਿਹੜੀ ਗੱਲ ਹੈ ਨਾ ਇਹ ਆਪਾਂ ਜਿਵੇਂ ਕਹਿ ਲਈਏ ਵੀ ਗਰਾਊਂਡ ਜ਼ੀਰੋ ਤੋਂ ਜਿਹੜਾ ਬੰਦਾ ਵਰਤ ਰਿਹਾ ਉਹਦੇ ਨਾਲ ਗੱਲ ਕਰ ਰਿਹਾ ਤੇ ਆਪਾਂ ਨੂੰ ਕੋਈ ਪੇਡ ਸਿਸਟਮ ਨਹੀਂ ਵੀ ਉਹਨਾਂ ਨੇ ਕੋਈ ਦੇਤਾ ਹੋਣਾ ਕਿ ਆਪਾਂ ਵੀ ਸ਼ੁਰੂ ਕਰਨਾ ਕਿ ਨਾ ਇਹ ਤਾਂ ਜਰਨਲ ਨੌਲੇਜ ਸੀ ਵੀ ਜਿਹੜੇ ਬੰਦਿਆਂ ਕੋਲੇ ਟਰੈਕਟਰ ਹੈ ਕਈ ਬੰਦੇ ਨਾ ਹੁਣ ਇਹ ਕਰਦੇ ਗੁਰਪ੍ਰੀਤ ਹਾਂਜੀ ਵੀ ਜਿਨ੍ਹਾਂ ਕੋਲੇ ਇਹ ਪੁਰਾਣੇ ਖੜੇ ਆ ਉਹ ਲਗਾ ਯਾਰ ਉਹਨੂੰ ਵੇਚੋ ਤੇ ਨਵੇਂ ਆ ਗਏ ਤੇ ਨਵੇਂ ਚੀਜ਼ਾਂ ਆ ਗਈਆਂ ਤੇ ਨਵੇਂ ਚ 21 ਮਾਡਲ ਤੋਂ ਡਿਸਟ੍ਰੀਬਿਊਟਰ ਹੋਣ ਆਉਣ ਲੱਗੇ ਨਵੇਂ ਇਹ ਕਿੰਨੇ ਮਾਡਲ ਟਰੈਕਟਰ ਹੈ ਇਹ 98 ਮਾਡਲ ਹੈ 98 ਮਾਡਲ ਤੋਂ ਬੰਦਾ ਇੰਨਾ ਕੰਮ ਲੈ ਰਿਹਾ ਤੂੰ ਦੇਖ ਲੈ 23 ਸਾਲ ਤੈ ਹੋ ਗਏ 25 ਸਾਲ ਹੋ ਗਏ 25 ਸਾਲ ਹੋ ਗਏ ਡਬਲ ਡਿਸਟ੍ਰੀਬਿਊਟਰ ਉਦੋਂ ਅਲੱਗ ਉਦੋਂ ਤੋਂ ਆ ਰਿਹਾ ਦੇ ਹਾਂ ਬਾਕੀ ਜਨਮ ਤੋਂ ਲੈ ਵੀ ਬਹੁਤ ਵਧੀਆ ਯਾਰ ਮੈਂ ਦੇਖਿਆ ਨਾ ਜਿਵੇਂ ਤੇ ਲੀਕ ਸ਼ੀਕ ਹੁੰਦੇ ਰੈਕਟਰ ਨੇ ਜਿਹੜਾ ਬੜਾ ਰੈਕਟਰ ਤਗਲਾ ਹਨਾ ਉਹ ਕਰ ਲੱਗ ਜਾਂਦਾ ਤੇ ਪਰ ਬਹੁਤ ਵਧੀਆ ਜਿਹੜੀ ਇਹ ਕੰਮ ਹੈ ਵੀ ਜੋ ਨਵੀਂ ਚੀਜ਼ ਇਹਦੀ ਨਿਕਲਣ ਲੱਗ ਗਈ ਤੇ ਉਹ ਇਹਦੇ ਕੀ ਲਾਇਆ ਸੀ ਇੱਕ ਹੋਰ ਦੱਸਿਆ ਸੀ ਹੋਰ ਡਿਸਟ੍ਰੀਬਿਊਟਰ ਲਾਇਆ ਪਰ ਲਿਫਟ ਦਾ ਡਬਲ ਇਹਦੇ ਅੱਛਾ ਡਬਲ ਲਿਫਟ ਡੈਂਪਰ ਚੱਕਦਾ ਮਤਲਬ ਲੈਂਕਾਂ ਚੱਕਦਾ ਨਾਲ ਲੈਂਕਾਂ ਨਹੀਂ ਚੱਕਦਾ ਨਾ ਨਾ ਫੱਟੀ ਚਾਹੇ ਕਈ ਘਰੇ ਭੁੱਲ ਜਾਂਦੇ ਆ ਫੱਟੀ ਕੇ ਵਾਰੀ ਤਾਂ ਵੀ ਲਿਫਟ ਵਾਲੀ ਚੱਕਦਾ ਇਹ ਅੱਛਾ ਬਿਨਾ ਲਿੰਕ ਚੱਕੇ ਤੋਂ ਠੀਕ ਸਿੱਧਾ ਡਿਸਟ੍ਰੀਬਿਊਟਰ ਉਧਰ ਲੱਗ ਜਾਂਦਾ ਸੌਦਾ ਹਾਂ ਹਾਂ ਨਹੀਂ ਲੋੜੀ ਵਿੱਚ ਹੀ ਦਿੱਤੀ ਹੋਇਆ ਤੇ ਕੰਪਨੀ ਨੇ ਸ਼ੁਰੂ ਤੋਂ ਆਇਆ ਪਹਿਲਾਂ ਤੋਂ ਆਇਆ ਹਾਂਜੀ ਵੀ ਜਿਹੜੀ ਚੀਜ਼ ਨਵੇਂ ਟਰੈਕਟਰਾਂ ਚ ਆਉਂਦੀ ਆ ਯਾਰ ਉਹ ਵੀ ਹੁਣ ਇਹਦੇ ਵਿੱਚ ਆਉਣ ਲੱਗ ਗਈ ਪੂਰੀ ਉਹ ਨਵੀਂ ਵਾਲੀ ਫੀਲਿੰਗ ਦਿੰਦਾ ਹਾਂ ਹਾਂ ਵੀ ਨਵੇਂ ਚ ਤਾਂ ਹੁਣ 18 20 ਚੱਕ ਪਤਾ ਲੱਗਿਆ ਉਹਨਾਂ ਨੂੰ ਵੀ ਆਹ ਚੀਜ਼
ਵੀ ਉਹਨਾਂ ਨੇ ਐਚਐਮਡੀ ਤੋਂ ਨਕਲ ਮਾਰੀ ਉਹਨਾਂ ਨੇ ਨਕਲ ਮਾਰੀ ਹੈ ਇਹ ਇਹ ਬੁੜੇ ਰੇਟਰ ਹਾਂ ਇਹਨਾਂ ਦੇ ਪਹਿਲਾਂ ਸ਼ੁਰੂ ਤੋਂ ਵਿੱਚ ਹੈ ਇਹ ਸ਼ੁਰੂ ਤੋਂ ਹੁੰਦਾ ਇਹ ਚੀਜ਼ ਇਹ ਸ਼ੁਰੂ ਤੋਂ ਹੁੰਦਾ ਹੈ ਡਬਲ ਡਿਸਟ੍ਰੀਬਿਊਟਰ ਕੰਟਰੋਲ ਬਹੁਤ ਹੋਈ ਇਹਦਾ ਜਿੱਥੇ ਲਿਫਟ ਬਣਦੀ ਕੰਨਾ ਬਾਣੀ ਵਾਲੋ ਉੱਥੇ ਰਹੂਗੀ ਹਾਂ ਵੀ ਦੂਜੇ ਉਲਝਦਾ ਨਹੀਂ ਹੈਗਾ ਬੰਦਾ ਵੀ ਸਿੱਧਾ ਸਿੱਧਾ ਸਿਸਟਮ ਹੈ ਇੱਕ ਆਪਾਂ ਇਹ ਗੱਲ ਕਰਦੇ ਸੀਗੇ ਵੀ ਜਿਹੜੇ ਜਿਵੇਂ ਹੁਣ ਇੱਥੇ ਚਲ ਆਪਾਂ ਕਿਸੇ ਦੀ ਰੋਜੀ ਰੋਟੀ 'ਚ ਲੱਤ ਨਹੀਂ ਮਾਰਦੇ ਪਰ ਹੱਕ ਹੁੰਦਾ ਕਮਾਈ ਕਰਨ ਦਾ ਹਰ ਬੰਦੇ ਦਾ ਕੰਮ ਕਰਦਾ ਚਲ ਕਮਾਈ ਕਰੇ ਪਰ ਫਤਿਹਵਾਦ ਜੀ ਦੀ ਹੋਵੇ ਜਿਵੇਂ ਨਾ ਮੈਨੂੰ ਬਾਈ ਦੱਸਦਾ ਸੀ ਵੀ ਇਹਦੇ ਜਿਹੜਾ ਖਰਚਾ ਆਇਆ ਸੀ ਕਿੰਨਾ ਆਇਆ ਸੀ 7000 ਰੁਪਏ ਖਰਚਾ ਆਇਆ 7000 ਦੇ ਵਿੱਚ ਜਿਹੜੇ ਬ੍ਰੇਕ ਹੈ ਉਹ ਪੂਰੇ ਵੀ ਆਇਲ ਤੋਂ ਰਹਿਤ ਹੋ ਗਏ ਤੇਲ ਤੋਂ ਹਾਂ ਡੈਂਟ ਥਾਂ ਤੇ ਜੰਮਣ ਲੱਗ ਗਿਆ ਡਰਾਈ ਬ੍ਰੇਕ ਹੋ ਗਏ ਡਰਾਈ ਬ੍ਰੇਕ ਆਪਾਂ ਜਿਹੜੀ ਵੀਡੀਓ ਦਿਖਾਈ ਸੀ ਮੈਨੂੰ ਵਿੱਚ ਪਾ ਦਾਂਗੇ ਆਪਾਂ ਹਾਂ ਨਹੀਂ ਠੀਕ ਹੈ ਵੀ ਇੰਨੇ ਹੁਣ ਬ੍ਰੇਕ ਸਖਤ ਹੈ ਪਹਿਲਾਂ ਐਚਐਮਡੀ ਤੋਂ ਕੋਲ ਡਰਦਾ ਸੀ ਚੜਨ ਹਾਂ ਰੁਕਦਾ ਨਹੀਂ ਸੀ ਲੱਗਣੇ ਹਨਾ ਰੁਕਦਾ ਦੂਜੇ ਦੇ ਬਾਹਾਂ 'ਚ ਵੜ ਜਾਂਦਾ ਅੱਗੇ ਦੂਜੇ ਦੇ ਬਾਹਾਂ 'ਚ ਵੜ ਜਾਂਦਾ ਸੀ ਹੁਣ ਤਾਂ ਥਾਂ ਦੀ ਘੁੰਮ ਜਾਂਦਾ ਉੱਥੇ ਘੁੰਮ ਜਾਂਦਾ ਇੱਕ ਜਿੰਨੇ ਮਰਜ਼ੀ ਘੁਮਾ ਲਾ ਹਾਂ ਤੇ ਜਿਵੇਂ ਹੁਣ ਵੀ 7000 ਰੁਪਏ ਲੱਗਿਆ ਚਲ ਮਿਸਤਰੀ ਦੂਰ ਨੇੜੇ ਜਾਂਦੇ ਆ ਨਾ 2-3 ਹਜ਼ਾਰ ਦਾ ਉਹਨਾਂ ਦੀ ਆਉਣ ਜਾਣ ਦਾ ਲਾ ਲਾ ਜਾਂ ਹਾਂ ਵੀ ਚਲ 10000 ਲਾ ਲਾ 10-12 ਹਜ਼ਾਰ ਅਗਲਾ ਲੈ ਲੈ ਨਾ ਜੀ ਹੁਣ ਜਿਵੇਂ 20-25-25 ਹਜ਼ਾਰ ਰੁਪਏ ਲੈਂਦੇ ਆ ਇਹ ਕੰਮ ਕਰਾਉਂਦਾ ਤੇ ਉਹਨਾਂ ਵਾਸਤੇ ਇਹ ਵੀ ਨੌਲੇਜ ਹੈ ਜਿਹਨਾਂ ਕੋਲ ਐਚਐਮਟੀ ਟਰੈਟ ਹੈ ਇਹ ਗੱਲ ਨੂੰ ਜ਼ਰੂਰ ਗੌਰ ਨਾਲ ਸੁਣ ਲਿਓ ਇਹ ਜਿਹੜੀ ਵੱਡੀ ਪ੍ਰੋਬਲਮ ਸੀ ਇਹ ਬਾਈ ਨੇ ਹੱਲ ਕਰਤੀ ਤੇ ਮੇਰੇ ਕੋਲ ਉਹ ਵੀਡੀਓ ਪਈ ਹੈ ਜਿਵੇਂ ਵਿੱਚੋਂ ਨਿਕਲਦਾ ਉਹ ਮੈਂ ਗੱਗੂ ਤੋਂ ਮੰਗਾ ਕੇ ਨਾ ਤੇ ਉਹ ਵਿੱਚ ਪਾ ਦਾਂਗੇ ਆਪਾਂ ਨਹੀਂ ਠੀਕ ਹੈ ਹਾਂ ਤੇ ਉਹ ਸਾਰੀ ਤੁਹਾਨੂੰ ਜਿਹੜੀ ਉਹ ਵੀ ਕਿਵੇਂ ਬ੍ਰੇਕ ਕੰਮ ਕਰਦੇ ਇਹ ਤੇਲ ਵਾਲੇ ਤਾਂ ਆਪਾਂ ਨੂੰ ਸਿੱਧਾ ਹੀ ਪਤਾ ਜਾਂ ਵੈਸੇ ਤਾਂ ਬਾਈ ਦਾ ਸੁਭਾਅ ਹੀ ਹਾਂ ਇਹ ਵੀ ਆਪਾਂ ਸੁੱਕੇ ਰੱਖੇ ਸੀਗੇ ਉਹ ਤੋਂ ਸ਼ੁਰੂ ਤੋਂ ਹੀ ਯਾਰ ਦਿਖਾਈ ਦਿਖਾਈ ਦਿੰਨੇ ਆਪਾਂ ਹਾਂ ਹਾਂ ਦਿਖਾਈ ਜਮਾ ਰਿਜਨਲ ਰੱਖੇ ਸੀ ਆ ਦੇਖ ਜਮਾ ਹਾਂ ਵੀ ਜਮਾ ਸੁੱਕੇ ਨੇ ਪਰ ਫਿਰ ਵੀ ਉਹ ਪ੍ਰੋਬਲਮ ਆਉਂਦੀ ਸੀ ਆਉਂਦੀ ਸੀ ਉਹ ਕਹਿੰਦੇ ਵੀ ਰਿਜਨਲ ਪਾਉ ਲੈ ਕੇ ਰਿਜਨਲ ਪਾਤੇ ਕੰਪਨੀ ਦੇ ਤਾਂ ਫਿਰ ਵੀ ਵਿੱਚੋਂ ਹੀ ਲੀਕ ਕੰਮ ਕਰਿਆ ਉਹਨਾਂ ਨੇ ਇਹਦੇ ਵਿੱਚ ਤੇਲ ਫਰਪਾਉਣਾ ਪੈਂਦਾ ਸੀ ਰੋਜ਼ ਰੋਜ਼ ਨਹੀਂ ਇਹ ਤੇਲ ਤਾਂ ਜੇ ਐਂ ਪਤਾ ਵੀ 4 ਮਹੀਨੇ ਬਾਅਦ 5 ਮਹੀਨੇ ਬਾਅਦ ਵੀ ਪਾਉਣਾ ਪੈਂਦਾ ਹਾਂ ਬਾਕੀ ਇਹ ਸੁੱਕਾ ਹੈਗਾ ਲੀਕ ਨਹੀਂ ਹੈ ਕਿਤੋਂ ਵੀ ਜੇ ਲੀਕ ਹੋਵੇ ਤੇਲ ਨਿਕਲ ਜਾਂਦਾ ਆਪਣ ਕਈ ਵਾਰੀ ਇਹ ਵੀ ਮੰਨੀਏ ਚੱਲ ਵੀ ਇਹ ਤੋਂ ਨੁਕਸਾਨ ਹੈ ਵੀ ਇਹ ਸਾਰਾ ਕੰਪਨੀ ਦਾ ਰੱਖਿਆ ਸੀ ਪ੍ਰੋਜੈਕਟ ਪਰ ਕਾਮਯਾਬ ਨਹੀਂ ਹੋਇਆ ਇਹ ਕਾਮਯਾਬ ਨਹੀਂ ਇਹਦੇ ਵਿੱਚ ਦੀ ਤੇਲ ਜਾ ਕੇ ਇਹਦੇ ਵਿੱਚ ਤੇਲ ਆਉਂ ਸੀਗਾ ਕਈ ਕਮੀਆਂ ਕਮੀਆਂ ਹੁੰਦੀਆਂ ਵੀਰੋ ਜਿਵੇਂ ਕੰਪਨੀਆਂ ਨਾ ਕੋਈ ਚੀਜ਼ ਬਣਾ ਦਿੰਦੀਆਂ ਤੇ ਉਹ ਤਾਂ ਵਰਤੇ ਤੋਂ ਪਤਾ ਲੱਗਦਾ ਹੁੰਦਾ ਵੀ ਵਰਤ ਕੇ ਤੇ ਫਿਰ ਪਤਾ ਲੱਗਦਾ ਵੀ ਇਹਦੇ ਕੀ ਕਮੀ ਸੀਗੀ ਤੇ ਐਚਐਮਟੀ ਦੀ ਜਿਹੜੀ ਕਮੀ ਸੀਗੀ ਉਹ ਮੇਨ ਬ੍ਰੇਕਾਂ ਦੀ ਸੀ ਅਗਲਾ ਕਹਿੰਦਾ ਯਾਰ ਨਾਟਕ ਕਰਨਾ ਬਾਵਾਂਗੇ ਤੇ ਦੂਜੇ ਦੇ ਵਾਹਨ ਚ ਵੜ ਜੂਗਾ ਲੋਹੀ ਹਾਂ ਹਾਂਜੀ ਇਹ ਹੁੰਦਾ ਹੁੰਦਾ ਸੀਗਾ ਪਰ ਜਿਹੜੇ ਹੁਣ ਬ੍ਰੇਕ ਹੈ ਵੀ ਐ ਪੂਰਾ ਥਾਂ ਤੇ ਜੰਮਣ ਵਾਲਾ ਜਿਵੇਂ ਆ ਨਵੇਂ ਟਰੈਕਟਰਾਂ ਚ ਆਉਂਦੀ ਹੈ ਤੇ ਉਹੀ ਕਾਢ ਬਾਈ ਨੇ ਕੱਢਤੀ ਉਹ ਹੈ ਸਿੱਧਾ ਜਿਹਾ ਕੰਮ ਹੀ ਹੈ ਤੇ ਮਿਸਤਰੀ ਬਹੁਤ ਵਧੀਆ ਉਹ ਬੰਦਾ ਤੇ ਤੁਸੀਂ ਜਰੂਰ ਜਿਹਨਾਂ ਕੋਲ ਹੈਗਾ ਤੇ ਕਰਾਉਣ ਤੇ ਨੰਬਰ ਵੀ ਵਿੱਚ ਦੇ ਦਾਂਗੇ ਤੇ ਜੇ ਤੁਸੀਂ ਉਹਨਾਂ ਤੋਂ ਫੋਟੋਆਂ ਆਪਾਂ ਪਾ ਦਾਂਗੇ ਆਪਾਂ ਹੈਗੇ ਸਕਰੀਨਸ਼ਾਟ ਪਏ ਨੇ ਆਪਣੇ ਕੋਲੇ ਠੀਕ ਹੈ ਜਿੱਤ ਹੋਏ ਨੇ ਸਾਰਾ ਸਿਸਟਮ ਹੀ ਪਿਆ ਆਪਣੇ ਕੋਲੇ ਹਾਂ ਪੂਰੇ ਤੁਹਾਨੂੰ ਫਤਿਹ ਬਾਦ ਦਾ 15-15 ਹਜ਼ਾਰ ਰੁਪਏ ਲਈ ਜਾਂਦੇ ਨੇ 15-15 ਹਜ਼ਾਰ 16 ਤੇ ਉਹ ਕਰਾ ਕੇ ਉੱਥੋਂ ਕਰ ਕਰਾ ਕੇ ਉੱਥੇ ਲੈ ਜਾਂਦੇ ਨੇ ਕਰਾ ਕੇ ਉੱਥੇ ਹੁੰਦੇ ਆ ਹੁਣ ਆਪ ਤਾਂ ਕਰਦੇ ਨਹੀਂ ਇਹ ਆਪ ਨਹੀਂ ਕਰਦੇ ਆਪ ਤਾਂ ਉਹਨਾਂ ਕੋਲ ਸਿਸਟਮ ਹੈਗਾ ਉਹ ਕਰਨ ਵਾਲਾ ਉਹ ਸੈਂਚਰ ਉਹ ਕੱਟ ਨਾ ਕੱਟ ਕੇ ਉੱਥੋਂ ਉੱਚ ਬੁਸ਼ ਲਾਉਂਦੇ ਨੇ ਚਿੜੀ ਵਾਲੇ ਹਾਂ ਟਰੱਕ ਵਾਲੇ ਹਾਂ ਉਹ ਪਿਸਟਨ ਨੂੰ ਖੋਲਦੇ ਨੇ ਪਿਸਟਨ ਨੂੰ ਖੋਲਦੇ ਨੇ ਤੇ ਧੰਨਵਾਦ ਯਾਰ ਬਹੁਤ ਬਹੁਤ ਆਪਾਂ ਨਹੀਂ ਠੀਕ ਹੈ ਜਿੰਨੀ ਕੁ ਜਾਣਕਾਰੀ ਹਾਂਜੀ ਇੱਕ ਥੋੜੀ ਜਾਣਕਾਰੀ ਹੋਰ ਦੇਣਾ ਸਟੀਅਰਿੰਗ ਆਪਾਂ ਦੂਸਰਾ ਲਾਤਾ ਦੇ ਮਕੈਨਿਕ ਸਵਰਾਜ ਵਾਲਾ ਸਵਰਾਜ ਵਾਲਾ ਹਾਂ ਹਾਂ ਅਜਾ ਪੂਰੀ ਤਗੜੀ ਜੈਕਾ ਚੀ ਬਣਾਉਣੀ ਹਾਂ ਹਾਂ ਇਸ ਤੋਂ ਹਾਰਨ ਹੋਰਨ ਸਭ ਦਿੱਤੀ ਸਪਲਾਈ ਇਹ ਤਾਂ ਇਤੋਂ ਹੀ ਹਾਰਨ ਵੱਜਦਾ ਹਾਂ ਅੱਛਾ ਨਹੀਂ ਹਾਰਨ ਦਾ ਇਤੋਂ 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 ਹਾਂ ਵਾਹ ਹਾਰਨ ਵੀ ਕਮਾਲ ਇੱਕ ਕੰਪਨੀ ਨੇ ਇਹਦੀ ਜਿਹੜੀ ਆਹ ਚੀਜ਼ ਤੁਸੀਂ ਦੇਖ ਰਹੇ ਹੋ ਪੈਪਾਂ ਇਹ ਬਹੁਤ ਵਧੀਆ ਦਿੱਤੀ ਇਹਦੇ ਇਹਦੇ ਇਥੋਂ ਪੈਪ ਆ ਕੇ ਕੋਈ ਇੰਜਨ ਦੇ ਜੋੜ ਚ ਲਾ ਦਿੰਦਾ ਉਹ ਇੰਜਨ ਦੀ ਜੋੜ ਦੀ ਸਤਾਈ ਘਟ ਜਾਂਦੀ ਇੰਜਨ ਟੁੱਟ ਜਾਂਦਾ ਹਾਂ ਇੱਥੇ ਲੱਗੀ ਹੁੰਦੀ ਆ ਮੈਟਰ ਦੀ ਨਾ ਇਹਦੇ ਕੰਪਨੀ ਨੇ ਇੱਥੇ ਦੇ ਰੱਖੀ ਆ ਪਹਿਲੀ ਵਾਰ ਆ ਦੇਖੋ ਇਹ ਵੀ ਕੰਪਨੀ ਸਿਰਾ ਲਾਈ ਪਈ ਆ ਗੱਲ ਜਿਹੜੀ ਲਾਈ ਪਈ ਹੈ ਹਾਂ ਹਾਂ ਕੰਪਨੀ ਨੇ ਪਹਿਲੀ ਲਾਤੀ ਵੀ ਅਗਲਾ ਸਪੈਸ਼ਲ ਦਿੱਤੀ ਹੋਈ ਸੀਗੀ ਤੰਗ ਨਾ ਹੋਵੇ ਉਦੋਂ ਬੰਦਾ ਇਹ ਅਸਲ ਜਰ ਐਚਐਮਟੀ ਜਿਹੜੀ ਬਾਹਰਲੇ ਦੀ ਕਾਰਡ ਸੀਗੀ ਬਾਹਰ ਦੀ ਕਾਰਡ ਸੀ ਹਾਂਜੀ ਟ੍ਰੇਨ ਦੀ ਸੋਚ ਕੇ ਚੱਲਦੇ ਆ ਅਮਰੀਕਾ ਕੈਨੇਡਾ ਦੀ ਜਿਵੇਂ ਆਪਣੇ ਹੁਣ ਨਹਿਰਾ ਨੂਰਾ ਚੱਲੀਆਂ ਅੰਗਰੇਜ਼ਾਂ ਦੀ ਕਾਰਡ ਸੀ ਉਹ ਨਕਲ ਮਾਰ ਕੇ ਕੀਤਾ ਜਿਵੇਂ ਨਿਊ ਹੋਲੈਂਡ ਆ ਗਿਆ ਉਹ ਵੀ ਨਕਲ ਹੋ ਗਈ ਇਹਦੀ ਇਹਦੇ ਜਿਹੜਾ ਐਡਕਸਨਾਂ ਨੇਗੀਆਂ ਤੇ ਉਹ ਹੁਣ ਆਉਣ ਲੱਗੀਆਂ ਇਹਦੇ ਸ਼ੁਰੂ ਤੋਂ ਨੇਗੀਆਂ ਉਹ ਚੀਜ਼ਾਂ ਤੇ ਬਸ ਪੀਟੀਓ ਇਹਦੇ ਹੁਣ ਆਉਣ ਲੱਗੇ ਆ ਟਰੈਕਟਰਾਂ ਦੇ 20 ਮਾਡਲ ਚ ਇਹਦੇ ਜਨਮ ਤੋਂ ਲੈ ਕੇ ਹੈ ਤੂੰ ਦੇਖ ਲੈ 70 ਤੋਂ ਮਾਡਲ ਤੋਂ ਲੈ ਕੇ 20 ਸਾਲ ਤਾਂ ਆਪਣੇ ਕੋਲੇ ਹੋ ਗਿਆ ਟਰੈਕਟਰ ਹਾਂ 25 ਸਾਲ ਦੇ ਇਹ ਕਿੱਦੇ ਦਾ ਰਿਲੀਜ਼ ਹੋਇਆ ਹੋਊਗਾ ਸਾਡੇ 84 ਚ 70 ਚ ਬਣ ਗਿਆ ਸੀ ਟਰੈਕਟਰ ਇਹ 70 ਚ ਬਣ ਗਿਆ 1970 ਚ ਜਨਮ ਹੋਇਆ ਦਾ ਦੇਖ ਲੈ ਯਾਰ ਹਨਾ ਪਰ ਨਕਲ ਮਾਰ ਮਾਰ ਕੇ ਆਪਣੇ ਕੰਮ ਕਰ ਲਿਆ ਪਰ ਆ ਰੀਸਾਂ ਨਹੀਂ ਹੁੰਦੀਆਂ ਨਾ ਪੰਜੌਰ ਪੰਜੌਰ ਠੀਕ ਹੈ ਚਲੋ ਧੰਨਵਾਦ ਵੀਰੇ ਬਹੁਤ ਬਹੁਤ ਚੰਗਾ ਜੀ ਸਤਿ ਸ਼੍ਰੀ ਅਕਾਲ